ਸਦਾ ਰਾਸਣ ਚੰਡੀਗੜ੍ਹ ਲੈ ਕੇ ਚੱਲਣਗੇ ਜਿੱਥੇ ਸਾਡੇ ਸਹਿਯੋਗੀ ਨਿਤਕਾਮ ਮਹੇਸ਼ਵਰੀ ਪੰਜਾਬ ਦੇ ਵਜ਼ਾਰਤ ਦੇ وزیر ਨਾਲ ਗੱਲਬਾਤ ਕਰਦੇ ਆਓ ਵਰ ਟੂ ਯੂ ਨਿਤਕਾ ਬਿਲਕੁਲ ਕੋਵਿਡ ਦੇ ਕੇਸਸ ਇੱਕ ਵਾਰ ਫਿਰ ਤੋਂ سامنے ਆਨੇ ਸ਼ੁਰੂ ਹੋ ਗਏ ਨੇ ਹਾਲਾਂਕਿ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਿਚੁਏਸ਼ਨ ਹਾਲੇ ਅੰਡਰ ਕੰਟਰੋਲ ਹੈ ਪਰ ਕਿਉਂਕਿ ਪੀਜੀਆ ਦੇ ਡਾਕਟਰਸ ਕਹਿ ਰਹੇ ਨੇ ਕਿ ਭਾਵੇਂ ਇਹ ਜਿਹੜੀ ਵੇਵ ਹੈ ਉਹ ਬਹੁਤ ਜ਼ਿਆਦਾ ਖਤਰਨਾਕ ਤਾਂ ਨਹੀਂ ਹੈ ਪਰ ਟ੍ਰਾਂਸਮਿਸਿਬਲ ਹੈ ਯਾਨੀ ਕਿ ਬਹੁਤ ਤੇਜ਼ੀ ਨਾਲ ਇਹ ਜਿਹੜੀ ਹੈ ਕੋਵਿਡ ਦਾ ਵੇਰੀਐਂਟ ਫੈਲਣ ਵਾਲਾ ਹੈ ਸਾਡੇ ਨਾਲ ਪੰਜਾਬ ਦੇ ਹੈਲਥ ਮਿਨਿਸਟਰ ਨੇ ਵਿਜੇ ਸਿੰਘਲਾ ਉਹਨਾਂ ਤੋਂ ਜਾਣਦੇ ਆ ਕਿ ਆਖਿਰ ਕੀ ਕੁਝ ਅਰੇਂਜਮੈਂਟਸ ਜਿਹੜੇ ਨੇ ਉਹ ਕਿਤੇ ਜਾ ਰਹੇ ਨੇ ਕਿਉਂਕਿ ਅਜਿਹੇ ਹਾਲਾਤ ਹਰ ਕਿਸੇ ਨੇ ਦੇਖੇ ਨੇ ਕਿ ਕੋਵਿਡ ਦੇ ਨਾਲ ਇੱਕ ਇੱਕ ਦਿਨ ਦੇ ਵਿੱਚ ਕਈ ਕਈ ਮੌਤਾਂ ਹੋਈਆਂ ਹਾਲਾਂਕਿ ਹਲੇ ਬਹੁਤ ਘੱਟ ਕੇਸਿਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਕੀ ਕੁਝ ਤਿਆਰੀਆਂ ਜਿਹੜੀਆਂ ਨੇ ਸਿੰਘਲਾ ਸਾਹਿਬ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ ਮੈਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਜਰੀਏ ਇਹ ਦੱਸਣਾ ਚਾਹੁੰਦਾ ਕਿ ਹਾਲਾਂਕਿ ਕੋਵਿਡ ਕੁਝ ਸਟੇਟਸ ਚ ਕਾਫੀ ਪੇਸ਼ੀਐਂਟਸ ਆ ਰਹੇ ਨੇ ਲੇਕਿਨ ਪੰਜਾਬ ਚ ਕੋਈ ਇਸ ਤਰ੍ਹਾਂ ਡਰਨ ਦੀ ਗੱਲ ਨਹੀਂ ਹੈ ਐਵਰੇਜ ਆਨਨ ਐਵਰੇਜ ਅਸੀਂ ਦੇਖੀਏ ਤਾਂ 25 ਪੇਸ਼ੀਐਂਟ ਹਰ ਰੋਜ਼ ਆ ਰਹੇ ਨੇ ਔਰ ਪਿਛਲੇ 24 ਘੰਟੇ ਚ 37 37 ਕੇਸ ਆਏ ਨੇ ਔਰ ਜਿਹੜਾ ਪੋਜ਼ਿਟਿਵਿਟੀ ਰੇਟ ਹੈ ਉਹ ਵੀ ਕੋਈ ਜ਼ਿਆਦਾ ਨਹੀਂ ਹੈ 9000 ਦੇ ਕਰੀਬ ਅਸੀਂ ਟੈਸਟ ਕਰ ਰਹੇ ਹਾਂ ਤਾਂ 0.3% ਦੇ ਕਰੀਬ ਪੋਜ਼ਿਟਿਵਿਟੀ ਰੇਟ ਸੋ ਮੈਂ ਦੱਸਣਾ ਚਾਹੁੰਨਾ ਕਿ ਇਸ ਲਈ ਕੋਈ ਪੈਨਿਕ ਵਾਲੀ ਗੱਲ ਨਹੀਂ ਲੇਕਿਨ ਸਾਨੂੰ ਫਿਰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਅਸੀਂ ਬਹੁਤ ਮਾੜੇ ਹਾਲਾਤ ਦੇਖੇ ਉਸ ਟਾਈਮ ਸਾਡੀਆਂ ਤਿਆਰੀਆਂ 'ਚ ਵੀ ਕਾਫੀ ਕਮੀਆਂ ਸਨ ਪਰ ਉਹ ਹਾਲਾਤ ਦੇਖ ਕੇ ਹੁਣ ਅਸੀਂ ਆਪਣੀਆਂ ਤਿਆਰੀਆਂ ਪੂਰੀਆਂ ਮੁਕੰਮਲ ਕਰ ਰਹੀਆਂ ਹਾਂ ਔਰ ਪ੍ਰਮਾਤਮਾ ਨਾ ਕਰੇ ਉਸ ਤਰ੍ਹਾਂ ਦੇ ਹਾਲਾਤ ਆਉਣ ਤਾਂ ਅਸੀਂ ਸਾਡੇ ਹਸਪਤਾਲਾਂ ਨੂੰ ਸਾਡੇ ਦੀਨੇ आले ਦੋਲੇ ਨੂੰ ਸਾਡੇ ਸਿਹਤ ਅਮਲੇ ਨੂੰ ਦਰਸਤ ਕੀਤਾ ਆ ਜੀ ਆਕਸੀਜਨ ਦੀ ਗੱਲ ਕੀਤੀ ਜਾਵੇ ਜਾਂ ਫਿਰ L2 L3 ਬੈਡਸ ਹਸਪੀਟਲ ਸੇ ਵਿੱਚ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਜਿਹੜੇ ਨੇ ਉਹ ਕੀਤੇ ਗਏ ਨੇ ਕਿਉਂਕਿ ਮੀਟਿੰਗਸ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਕਈ ਜਿਹੜੀਆਂ ਨੇ ਉਹ ਲਈਆਂ ਨੇ ਪਿਛਲੇ ਦਿਨਾਂ ਵਿੱਚ ਅਧਿਕਾਰੀਆਂ ਦੇ ਨਾਲ ਹਾਂ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ 37 ਕੇਸਸ ਆਏ ਨੇ ਪਿਛਲੇ 24 ਆਰਸ ਔਰ ਸਾਡੇ ਕੋਲੇ ਹੁਣ ਤੱਕ ਲੈਵਲ 2 ਤੇ ਜਿਹੜੇ ਸਿਰਫ ਛੇ ਸਰ ਪੇਸ਼ੀਐਂਟ ਜਿਹੜੇ ਉਹ ਹਸਪਟਲਾਈਜ਼ ਕੀਤੇ ਨੇ ਬਾਕੀ ਪੇਸ਼ੀਐਂਟਸ ਦਾ ਘਰ 'ਚ ਹੀ ਟ੍ਰੀਟਮੈਂਟ ਹੈ ਮਤਲਬ ਉਸ ਤਰ੍ਹਾਂ ਦੇ ਉਹਨਾਂ ਦੇ ਕੋਲੇ ਸਿੰਪਟਮ ਨਹੀਂ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਨਾ ਪਵੇ ਔਰ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਕੋਲ ਲੈਵਲ 2 ਦੇ 3518 ਬੈੱਡ ਹੈਗੇ 3518 ਬੈੱਡ ਸਾਡੇ ਗਵਰਨਮੈਂਟ ਸੈਟਅਪ ਸਾਡੇ ਕੋਲ ਲੈਵਲ 2 ਦੇ ਨੇ ਔਰ 142 ਸਾਡੇ ਕੋਲ ਲੈਵਲ 3 ਦੇ ਨੇ ਔਰ ਇਹਦੇ 'ਚ 276 ਪੈਡੀਆਟ੍ਰਿਕ ਵੀ ਅਸੀਂ ਜਿਹੜੇ ਹੈਗੇ ਆ ਬੈਡ ਦਾ ਅਰੇਂਜਮੈਂਟ ਕੀਤਾ ਹੋਇਆ ਔਰ 670 ਸਾਡੇ ਕੋਲੇ ਲੈਵਲ 2 ਦੇ ਜਿਹੜੇ ਪੈਡੀਆਟ੍ਰਿਕ ਬੈਡ ਹੈ ਉਹਨਾਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਤਾਂ ਜੋ ਜੋ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਲੈਵਲ 2 ਜਾਂ ਲੈਵਲ 3 ਕਿਉਂਕਿ ਪਿਛਲੇ ਸਮੇਂ ਚ ਆਕਸੀਜਨ ਦੀ ਬਹੁਤ ਭਾਰੀ ਕਿੱਲਤ ਰਹੀ ਉਹਦੇ ਕਰਕੇ ਬਹੁਤ ਸਾਰੇ ਸਾਡੇ ਸ਼ਹਿਰੀਆਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਨਹੀਂ ਬਲਕਿ ਪੂਰੇ ਹਿੰਦੁਸਤਾਨ ਚ ਆਪਣੀ ਜਾਨ ਤੋਂ ਹੱਥ ਤੋਂ ਨੇ ਪਾਇ ਇਸ ਲਈ ਸਾਡੇ 88 ਜਿਹੜੇ ਪੀਐਸਏ ਪਲਾਂਟਸ ਨੇ ਆਕਸੀਜਨ ਪਲਾਂਟਸ ਨੇ ਉਹ ਚੱਲ ਰਹੇ ਨੇ ਉਹ ਵਰਕਿੰਗ ਚ ਨੇ ਉਹਨਾਂ ਨੂੰ ਹੁਣ ਸਾਰਾ ਚੈੱਕ ਕੀਤਾ ਗਿਆ ਸਾਡੀਆਂ ਟੀਮਸ ਚੈੱਕ ਕਰਕੇ ਆਈਆਂ ਨੇ ਸੋਨੇ ਸਾਰੇ ਸਿਵਲ ਸਰਜਨਸ ਨੂੰ ਵੀ ਇਨਸਟਰਕਸ਼ਨਸ ਨੇ ਔਰ ਉਹ ਬਿਲਕੁਲ ਵਧੀਆ ਵਰਕਿੰਗ ਕੰਡੀਸ਼ਨਸ ਹੈਗੀਆਂ ਸਾਡੇ ਕੋਲੇ ਆਕਸੀਜਨ ਕਨਸੈਂਟਰੇਟਰਸ 10460 ਹੈਗੇ ਤਾਂ ਤਾਂ ਜੋ ਜਿਹੜੇ ਕਈ ਵਾਰੀ ਇਹ ਹੁੰਦਾ ਨਾ ਵੀ ਆਕਸੀਜਨ ਲੈਵਲ 2 ਦੇ ਬੈਡਸ ਦੀ ਨਹੀਂ ਜ਼ਰੂਰਤ ਹੁੰਦੀ ਲੇਕਿਨ ਆਕਸੀਜਨ ਦੀ ਕਮੀ ਨੂੰ ਤਾਂ ਆਕਸੀਜਨ ਕਨਸੈਂਟਰੇਟਰਸ ਅਸੀਂ ਜਿਹੜੇ ਆਪਣੇ ਵਾਰਡਸ ਚ ਨਾ ਉਹ ਉਹਨਾਂ ਨੂੰ ਆਪਾਂ ਇਸਤੇਮਾਲ ਕਰ ਸਕਦੇ ਆ ਸਾਡੇ ਕੋਲੇ 31975 ਆਕਸੀਜਨ ਸਿਲੰਡਰਸ ਹੈਗੇ ਕਤੀ 975 ਆਕਸੀਜਨ ਸਿਲੰਡਰ ਹੈਗੇ ਸੋ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਆਏਗੀ ਇਸ ਤਰ੍ਹਾਂ ਦੀ ਆਕਸੀਜਨ ਕੈਪੈਸਿਟੀ ਵੀ ਸਾਡੀ 283 ਐਮਟੀ ਹੈ ठीक है जी यानी कि ऑक्सीजन भी ਤੁਸੀਂ کہہ ਰਹੇ ਹੋ ਕਿ ਉਹਦੇ ਲਈ ਪਹਿਲੇ ਅਰੇਂਜਮੈਂਟਸ ਕੀਤੇ ਗਏ ਨੇ ਨਾਲ ਹੀ ਪੂਰਾ ਜਾਇਜ਼ਾ ਜਿਹੜਾ ਹੈ ਉਹ ਲਿਆ ਗਿਆ ਕਿ ਆਖਿਰ ਕੀ ਕੁਝ ਪੰਜਾਬ ਸਰਕਾਰ ਕੋਲ ਫਿਲਹਾਲ ਹੈ ਹੈਲਥ ডিপਾਰਟਮੈਂਟ ਕੋਲ ਹੈ ਪਰ ਜਦੋਂ ਵੈਕਸੀਨ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਲੋਕ ਕਿਉਂਕਿ ਪਹਿਲਾਂ ਸ਼ੁਰੂਆਤ ਚ ਬਹੁਤ ਜ਼ਿਆਦਾ ਡਰੇ ਸੀਗੇ ਕਿ ਅਸੀਂ ਵੈਕਸੀਨ ਨਹੀਂ ਲਗਾਉਣੀ ਹਾਲਾਂਕਿ ਉਸ ਤੋਂ ਬਾਅਦ ਚਲੋ ਸਰਕਾਰਾਂ ਨੇ ਜਾਗਰੂਕ ਕੀਤਾ ਲੋਕਾਂ ਨੂੰ ਪੰਜਾਬ ਦੀ ਗੱਲ ਕੀਤੀ ਜਾਵੇ ਫਿਲਹਾਲ ਕਿੰਨੇ ਕ ਲੋਕ ਨੇ ਜਿਨ੍ਹਾਂ ਨੂੰ ਜਿਹੜੇ ਫੁੱਲੀ ਵੈਕਸੀਨੇਟਡ ਨੇ ਹੁਣ ਤੱਕ ਯਾਨੀ ਕਿ ਦੋਵੇਂ ਡੋਸ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਨੇ 97% ਜਿਹੜੇ ਸਾਡੇ ਪੰਜਾਬ ਦੀ ਪਪੂਲੇਸ਼ਨ ਆ ਉਹਨਾਂ ਦੇ ਫਸਟ ਡੋਸ ਲੱਗ ਚੁੱਕੀ ਹੈ ਔਰ ਸੈਕੰਡ ਡੋਸ 76% 66% ਲੋਕਾਂ ਨੂੰ ਸੈਕੰਡ ਡੋਸ ਵੀ ਲੱਗ ਚੁੱਕੀ ਹੈ ਸੋ ਅਸੀਂ ਦੇਖੇ ਤਾਂ 76% ਲੋਕਾਂ ਦਾ ਦੋਨੋਂ ਡੋਸ ਲੱਗ ਚੁੱਕੀਆਂ ਔਰ ਕਿਉਂਕਿ 3 ਮਹੀਨਿਆਂ ਦਾ ਵਕਫਾ ਹੁੰਦਾ ਫਸਟ ਡੋਜ਼ ਕਾਫੀ ਲੋਕਾਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਉਂਕਿ ਇੱਕ ਕੈਂਪੇਨ ਚੱਲੀ ਸੀ ਉਸ ਟਾਈਮ ਲਵਾਏ ਉਹਨਾਂ ਨੂੰ 3 ਮਹੀਨੇ ਹੁਣ ਕੰਪਲੀਟ ਹੋਣ ਵਾਲੇ ਆ ਉਹ ਮੇਰੇ ਖਿਆਲ ਮਈ ਦੇ ਵਿੱਚ ਅਸੀਂ ਸੈਕੰਡ ਡੋਜ਼ ਹੈ ਜਿਹੜੀ ਉਹ ਵੀ 97 ਦਾ ਜਿਹੜਾ ਸਾਡਾ ਟਾਰਗੇਟ ਹੈ 100 ਦੇ ਅਸੀਂ ਕੋਸ਼ਿਸ਼ ਕਰਾਂਗੇ ਫਸਟ ਡੋਜ਼ ਲਈ ਵੀ ਕਿ ਉਹ ਅਸੀਂ ਲਗਵਾ ਲਵਾਂਗੇ